ਅਸੀਂ ਬਾਹਰ ਬੈਠੇ ਸੀ, ਦੋ ਬਜ਼ੁਰਗ ਸੀ ਮੇਰੇ ਨਾਲ, ਦਰਬਾਰ ਸਾਹਿਬ ਨੂੰ ਲੋਕ ਲੱਗਿਆ ਹੋਇਆ ਸੀ। ਉਹ ਬੰਦਾ ਆ ਕੇ ਦੱਸਣ ਲੱਗਿਆ ਵੀ ਮੈਂ ਮੱਥਾ ਟੇਕਣਾ, ਅਤੇ ਮੈਂ ਉਹਨੂੰ ਕਿਹਾ ਵੀ ਨਲਕਾ ਜਾਓ ਪਹਿਲਾਂ ਆਪਣਾ ਹੱਥ ਖੋਲ੍ਹੋ, ਅਤੇ ਕਾਕਾ ਆਪਣਾ ਨਾਲ ਜਿੰਦਾ ਖੋਲ੍ਹ ਰਿਹਾ, ਜਿੰਦਾ ਖੋਲ੍ਹੇ ਵੀ ਦਰਵਾਜ਼ੇ ਨੂੰ ਲਾਉਣ ਲੱਗਿਆ, ਹਲੇ ਇਹਨੇ ਨੂੰ ਉਹ ਗੁਰੂ ਸਾਹਿਬ ਦੇ ਕੋਲ ਉਸ ਬੰਦੇ ਨੇ ਮੱਥਾ ਵੀ ਨਹੀਂ ਟੇਕਿਆ, ਉਹਨੇ ਜਾਣ ਸਾਰ ਗੁਰੂ ਸਾਹਿਬ ਦੀ ਬੇਅਦਬੀ ਕਰ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਾਲ ਪੈਂਦੇ ਪਿੰਡ ਤਰਖਾਣ ਮਾਜਰਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਰਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਨਾਭਾ ਬਲਾਕ ਦੇ ਪਿੰਡ ਵਿਰੜਵਾਲਾ ਦੇ ਰਹਿਣ ਵਾਲੇ ਸਹਿਜਪ੍ਰੀਤ ਨਾਮੀ ਲੜਕਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਬਹਾਨੇ ਨਾਲ ਗਿਆ ਅਤੇ ਉਸਨੇ ਪਾਠੀ ਨੂੰ ਕਿਹਾ ਕਿ ਉਹ ਤਾਲਾ ਖੋਲ੍ਹ ਦੇਣ ਕਿਉਂਕਿ ਉਸਨੇ ਮੱਥਾ ਟੇਕਣਾ ਹੈ। ਪਰ ਜਦੋਂ ਗੁਰਦੁਆਰਾ ਸਾਹਿਬ ਦਾ ਤਾਲਾ ਖੋਲ੍ਹਿਆ ਗਿਆ ਤਾਂ ਉਸ ਲੜਕੇ ਨੇ ਬਿਨਾਂ ਮੱਥਾ ਟੇਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕਰ ਦਿੱਤੀ। ਮੌਕੇ ਉੱਤੇ ਲੋਕਾਂ ਨੇ ਇਸ ਲੜਕੇ ਨੂੰ ਫੜ ਕੇ ਕੁੱਟਾਪਾ ਚਾੜਿਆ ਤੇ ਉਸਦੀ ਗੱਡੀ ਵੀ ਭੰਨ ਦਿੱਤੀ। ਪੁਲਿਸ ਨੇ ਇਸ ਸਾਰੇ ਮਾਮਲੇ ਤੋਂ ਬਾਅਦ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਸੀਂ ਬਾਹਰ ਬੈਠੇ ਸੀ, ਦੋ ਬਜ਼ੁਰਗ ਸੀ ਮੇਰੇ ਨਾਲ, ਦਰਬਾਰ ਸਾਹਿਬ ਨੂੰ ਲੋਕ ਲੱਗਿਆ ਹੋਇਆ ਸੀ। ਉਹ ਬੰਦਾ ਆ ਕੇ ਦੱਸਣ ਲੱਗਿਆ ਵੀ ਮੈਂ ਮੱਥਾ ਟੇਕਣਾ, ਅਤੇ ਮੈਂ ਉਹਨੂੰ ਕਿਹਾ ਵੀ ਨਲਕਾ ਜਾਓ ਪਹਿਲਾਂ ਆਪਣਾ ਹੱਥ ਖੋਲ੍ਹੋ, ਅਤੇ ਕਾਕਾ ਆਪਣਾ ਨਾਲ ਜਿੰਦਾ ਖੋਲ੍ਹ ਰਿਹਾ, ਜਿੰਦਾ ਖੋਲ੍ਹੇ ਵੀ ਦਰਵਾਜ਼ੇ ਨੂੰ ਲਾਉਣ ਲੱਗਿਆ, ਹਲੇ ਇਹਨੇ ਨੂੰ ਉਹ ਗੁਰੂ ਸਾਹਿਬ ਦੇ ਕੋਲ ਉਸ ਬੰਦੇ ਨੇ ਮੱਥਾ ਵੀ ਨਹੀਂ ਟੇਕਿਆ, ਉਹਨੇ ਜਾਣ ਸਾਰ ਗੁਰੂ ਸਾਹਿਬ ਦੀ ਬੇਅਦਬੀ ਕਰ। ਕੀ ਬੇਅਦਬੀ ਕੀਤੀ? ਅੰਗ ਪਾੜੇ ਜੀ। ਕਿੰਨੇ ਅੰਗ ਪਾੜੇ? ਅੰਗ ਗਿਣੇ ਨੇ ਜੀ, ਗੁਰਕਾ ਸਾਹਿਬ ਦੇ ਵੀ ਪਾੜੇ, ਜਿੱਥੇ ਜਿਤਨੇ ਕਰਦੇ ਜਿਹੜੇ ਗੁਰਕਾ ਸਾਹਿਬ ਦੇ ਅਸੀਂ। ਕੀ ਕੀਤਾ ਗਿਆ ਤੁਹਾਡੇ ਵੱਲੋਂ? ਫਿਰ ਉਹਨੂੰ ਬਹੁਤ ਅਸੀਂ ਵੱਧ ਤੋਂ ਵੱਧ ਉਹਦੇ ਜਿੰਨਾ ਕਟਾਪਾ ਚਾੜਿਆ ਮੁੰਡਿਆਂ ਨੇ, ਅਸੀਂ ਸਾਡੇ ਕੋਲੋਂ ਬਹੁਤ ਕਟਾਈ ਅੰਦਰ ਦਰਬਾਰ ਸਾਹਿਬ 'ਚ ਹੋਈ ਆ। ਅਤੇ ਕਿੰਨੇ ਕੁ ਬੰਦੇ ਆਏ ਸੀ? ਇਕੱਲਾ ਤਾਂ ਜੀ ਨਹੀਂ, ਉਹਨੇ ਦੱਸਿਆ ਨਹੀਂ ਨਾਲ? ਨਾ, ਉਹਨੇ ਦੱਸਿਆ ਕੁਛ ਨਹੀਂ ਜੀ, ਕੁਛ ਨਹੀਂ ਬੋਲਿਆ ਜੀ। ਉਹਦੇ ਜਿੰਨੇ ਥੱਪੜ ਪਏ, ਬਹੁਤ ਮੁੰਡਿਆਂ ਨੇ ਬਹੁਤ ਮਾਰੇ, ਲੱਤਾਂ ਬਹੁਤ ਮਾਰੀਆਂ, ਪਰ ਉਹ ਬੋਲਿਆ ਕੁਛ ਨਹੀਂ। ਉਹ ਕਹਿੰਦਾ ਜਿਹਨੂੰ ਮੈਨੂੰ ਫਸਾਉਣਾ ਤੁਸੀਂ ਪੁਲਿਸ 'ਚ ਫੜਾ। ਨਸ਼ਾ ਨੁਸ਼ਾ ਨਹੀਂ, ਜਾਓ ਗੱਡੀ ਚਲਾ ਕੇ ਨਸ਼ਾ ਥੋੜ੍ਹਾ ਕਰਕੇ ਆਓ ਜੀ। ਸਵਿਫਟ ਗੱਡੀ ਆਈ ਨਾ, ਗੱਡੀ ਇੱਧਰੋਂ ਲੈ ਕੇ ਆਏ। ਨਹੀਂ ਜੀ, ਹਲੇ ਉਹ ਸਾਡੇ ਕੋਲ ਗੱਡੀ ਭਾਂਤੀ ਜੀ। ਤਖਾਣ ਮਾਜਰੇ ਦੇ ਕੋਲ ਟੈਲੀਫੋਨ ਆਇਆ ਸੀਗਾ, ਇੱਕ ਬੰਦਾ ਸੀ ਜਿਹਨੇ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੀ ਬੇਅਦਬੀ ਕਰਤੀ, ਅਤੇ ਜਿਹੜਾ ਕਿ ਉਹ ਮੌਕੇ 'ਤੇ ਫੜਿਆ ਗਿਆ ਸੀ, ਉਹਨੂੰ ਸਰਹੰਦ ਥਾਣੇ ਲੈ ਗਏ। ਉਸ ਤੋਂ ਬਾਅਦ ਹੁਣ ਉਹਦੀ ਪੁੱਛਗਿੱਛ ਕਰਨ ਤੋਂ ਬਾਅਦ ਪਰਚਾ ਤਾਂ ਹੁਣ ਅਸੀਂ ਦਰਜ ਕਰ ਦਿਆਂਗੇ, ਬਾਕੀ ਪੁੱਛਗਿੱਛ ਦਰਜ ਹੋਣ ਤੋਂ ਬਾਅਦ ਹੀ ਉਹਦਾ ਪੂਰਾ ਨਾਂ ਅਤੇ ਉਹਦਾ ਕਿੱਥੇ ਦਾ ਬੰਦਾ, ਕਿਉਂ ਉਹਨੇ ਇਸ ਤਰ੍ਹਾਂ ਕਰਿਆ, ਅਤੇ ਉਹ ਸਾਰਾ ਪੁੱਛਗਿੱਛ ਤੋਂ ਬਾਅਦ ਹੀ ਹੁਣ ਪਤਾ ਲੱਗੂ। ਉਹਦੇ ਕੋਲ ਕਾਰ ਸੀਗੀ ਅਤੇ ਹੁਣ ਉਹ ਕਾਰ ਅਸੀਂ ਥਾਣੇ ਲੈ ਗਏ, ਉਹਦਾ ਨੰਬਰ ਹੁਣ ਉੱਥੇ ਜਾ ਕੇ ਪਤਾ ਲੱਗਣਾ, ਅਤੇ ਇਸ ਤੋਂ ਬਾਅਦ ਹੁਣ ਮੇਨ ਤਾਂ ਉਹਦੀ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੂਗਾ। ਇਕੱਲਾ ਬੰਦਾ ਸੀ ਕਿ ਹੋਰ ਵੀ ਨਾਲ ਸੀਗੇ ਉਹਦੇ? ਅਜੇ ਤੱਕ ਤਾਂ ਇੱਕੋ ਹੀ ਬੰਦਾ ਸੀਗਾ। ਨਸ਼ੇੜੀ ਨਸ਼ੇੜੀ ਲੱਗਦਾ ਕੋਈ? ਨਹੀਂ, ਅਜੇ ਹੁਣ ਉਹਦੇ ਨਸ਼ੇੜੀ ਬਾਰੇ ਤਾਂ ਕਿਹਾ ਕੁਛ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹੁਣ ਅਸੀਂ ਉੱਥੇ ਚੱਲੇ ਹਾਂ ਥਾਣੇ, ਅਤੇ ਉੱਥੇ ਜਾ ਕੇ ਪਤਾ ਲੱਗਣਾ ਵੀ ਕੀ ਗੱਲ। ਦੇਖਣ 'ਚ ਤਾਂ ਮੋਨਾ ਹੀ ਆ, ਵਾਲ ਕੱਟੇ। ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।